अच्छा जी, ये हमने सड़क पे चलते चलते देखा है, ये छोटे छोटे से घर से बने हुए थे जैसे झोंपड़ियाँ होती हैं, और इनमें से ये धुआं निकल रहा था। तो वैसे हमें अंदाज़ा तो हो गया था कि ये कोयला वगैरह बन रहा है, ये पट्टी टाइप की कोई चीज़ है। सड़क के उस पार भी है, और ये इस साइड पे सड़क के ये मेरा ख्याल है 7-8 भट्टियाँ, भट्टी कहते हैं, भट्टियाँ इधर भी हैं। ये इस तरह से ईंटों से अंदर से एक गोल सी जगह ये बना के, तो ये नज़र आ रहा है इसमें सुराख हैं मुख्तलिफ, तो इसके अंदर लकड़ी लगा देते हैं। हाँ जी, तो ये गुंबद नुमा एक चीज़ इन्होंने बनाई हुई है, और इसमें लकड़ियां लगा देते हैं। तो लकड़ियां लगाने के बाद इसको 7-8 दिन के लिए छोड़ देते हैं, तो ये आहिस्ता आहिस्ता खुद ही कोयला बन जाता है, और फिर कुछ दिनों में इसको ठंडा कर देते हैं। तो ये भाई हैं एक हमारे साथ, तो ये यहाँ पे इसको चलाते हैं। तो ए भाई जान, कितनी को लकड़ी लग दी है एक भट्ठी दे विच? लग जाती 150 मन। हाँ जी, 150 मन। 150 मन लग जाती है। तो केड़ी केड़ी लकड़ी इस्तेमाल करते हो? टाली किकर ज्यादा बेस्ट होती है। टाली किकर खुश्क हो गए कि मैंने तो विच गिल्ली भी नजर आ रही। गिल्ली भी लग जाती। अच्छा। हाँ जी। अच्छा अच्छा अच्छा, और विच ही फिर खुश्क हो जाती। अच्छा, तो ये रास्ता इधरों ज्यादा बेहतर है कि परले पासों? अगर ऐ सारे नाल नाल देखने हों तो चलो। हाँ, जरा साढ़े अगे अगे मेहरबानी। थोड़ा जहा सानू ए मतलब दसो, कोई खास इन्फॉर्मेशन हैगी सानू तो कोई पता नहीं है खास? ये वैसे मतलब अग जी हो तुसी लकड़ी वगैरह के नाल ही जला देंगे? हाँ, लकड़ी तो खुद ही जलती रही है। हाँ जी, ठीक हो गया। ਇਹ ਜੀ ਇਹਨਾਂ ਦੇ ਮੁਖਤਲਿਫ ਛੋਟੇ ਛੋਟੇ ਬਣੇ ਹੋਏ ਨੇ, ਇਹਨਾਂ ਨੂੰ ਕਿਸ ਕੀ ਕਹਿੰਦੇ ਤੁਸੀਂ? ਭੱਠੀ? ਭੱਠੀ। ਹਾਂ ਜੀ। ਅੱਛਾ ਅੱਛਾ, ਇਹਨੂੰ ਭੱਠੀ ਕਹਿੰਦੇ ਨੇ। ਅਤੇ ਇਹ ਕੁਛ ਵਿੱਚ ਤਿਆਰ ਵੀ ਨੇ ਜਿਹਦੇ ਜਿਹਨਾਂ 'ਚ ਕੋਇਲਾ ਬਣ ਰਿਹਾ। ਇਹ ਇੱਕ ਭੱਠੀ ਹੈ, ਇਹਦੇ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਇਹਦੇ ਅੰਦਰ। ਇਹਨੂੰ ਕਿੰਨੇ ਦਿਨ ਹੋ ਗਏ ਨੇ? ਇਹਨੂੰ 4 ਦਿਨ ਹੋ ਗਏ। 4 ਦਿਨ ਹੋ ਗਏ ਨੇ। ਹਾਂ ਜੀ। ਅਤੇ ਅਗਰ ਇਹਦੇ 'ਤੇ ਬਾਰਿਸ਼ ਵਗੈਰਾ ਪਵੇ ਤਾਂ ਫਿਰ ਉਹ ਥੋੜ੍ਹਾ ਬਹੁਤਾ ਨੁਕਸਾਨ ਹੋ ਜਾਂਦਾ? ਸੁੱਕੀ ਲੱਕੜ ਹੋ ਫਿਰ ਕੋਈ ਨਹੀਂ ਮਸਲਾ। ਅੱਛਾ। ਹਾਂਜੀ, ਗਿੱਲੀ ਹੋਵੇ ਤਾਂ ਫਿਰ ਥੋੜ੍ਹਾ ਜਿਹਾ ਨੁਕਸਾਨ ਹੁੰਦਾ। ਗਿੱਲੀ ਬਹੁਤ ਜਾਂਦੀ ਹੈ? ਬਹੁਤ ਨਹੀਂ ਜਾਂਦੀ, ਫਿਰ ਥੋੜ੍ਹਾ ਨੁਕਸਾਨ ਹੁੰਦਾ, ਚੱਲ ਪੈਂਦੀ। ਅੱਛਾ, ਚੱਲ ਪੈਂਦੀ ਹੈ, ਠੀਕ ਹੋ ਗਿਆ। ਅਤੇ ਇਹਦਾ ਕੋਇਲੇ ਦਾ ਇਸਤੇਮਾਲ ਕੀ ਹੈ, ਕਿਹੜੇ ਲੋਕ ਇਹਨੂੰ ਇਸਤੇਮਾਲ ਕਰਦੇ ਨੇ ਜ਼ਿਆਦਾ? ਜ਼ਿਆਦਾ ਬਾਰਬੀਕਿਊ ਵਾਲੇ, ਤਿੱਖੇ ਕਬਾਬਾਂ ਵਾਲੇ, ਉਹ ਜ਼ਿਆਦਾ ਇਸਤੇਮਾਲ ਕਰਦੇ ਨੇ। ਅਤੇ ਸਰਦੀਆਂ ਫਿਰ ਆਮ ਲੋਕ ਯਾਨੀ ਕਿ ਹਰ ਕੋਈ ਇਸਤੇਮਾਲ ਕਰਦੇ ਨੇ ਅੱਗ ਜਲਾਉਣ ਵਾਸਤੇ। ਹਾਂਜੀ, ਠੀਕ ਹੋ ਗਿਆ। ਕਿਉਂਕਿ ਇਹਦਾ ਧੂੰਆਂ ਨਹੀਂ ਨਾ ਹੁੰਦਾ ਕੋਲੇ ਦਾ। ਅੱਛਾ, ਇਹ ਤਕਰੀਬਨ ਅੱਧਾ ਕੁ ਤਿਆਰ ਹੁੰਦਾ? ਧੂੰਆਂ ਇਸ ਇਹਦਾ ਹੁੰਦਾ ਜਿਹੜਾ ਕੱਚਾ ਹੁੰਦਾ। ਅੱਛਾ ਅੱਛਾ, ਇਹ ਕੱਚਾ ਹੈਗਾ। ਅੱਛਾ ਅੱਛਾ, ਅਤੇ ਜਿਹੜਾ ਕੋਇਲਾ ਹੁੰਦਾ ਨਾ, ਉਹਦਾ ਧੂੰਆਂ ਨਹੀਂ ਹੁੰਦਾ। ਅੱਛਾ ਅੱਛਾ ਅੱਛਾ, ਮਤਲਬ ਉਹਦਾ ਤੁਹਾਨੂੰ ਸੇਕ ਮਿਲਦਾ? ਹਾਂਜੀ, ਹੀਟ ਮਿਲਦੀ ਹੈ ਬਿਲਕੁਲ। ਗੈਸ ਲਾ ਲਓ, ਗੈਸ ਮਿਲ ਜਾਂਦੀ ਹੈ। ਪਾਣੀ ਤਿਆਰ ਹੋ ਗਿਆ। ਅੱਛਾ, ਬਿਲਕੁਲ ਤਿਆਰ ਨੇ? ਹੈ ਨਾ, ਕੋਲਾ ਤਿਆਰ ਹੈ। ਅੱਛਾ ਅੱਛਾ ਅੱਛਾ, ਇਹ ਬਿਲਕੁਲ ਤਿਆਰ ਨੇ ਜੀ, ਲੇਕਿਨ ਇਹਨਾਂ ਨੇ ਬੰਦ ਹੀ ਰੱਖੇ ਹੋਏ ਨੇ। ਇਹ ਮੇਰਾ ਖਿਆਲ ਹੈ ਕਿ ਜਦੋਂ ਕੋਈ ਗਾਹਕ ਲੈਣ ਆਉਂਦਾ ਹੋਏਗਾ ਜਾਂ ਜਿਵੇਂ ਵੀ, ਤੇ ਇਹਨੂੰ ਫਿਰ ਕੱਢ ਕੇ ਸੇਲ ਕਰ ਦਿੰਦੇ ਨੇ। ਇਸ ਏਰੀਏ 'ਚ ਮੈਨੂੰ ਕਾਫੀ ਕੰਮ ਲੱਗਦਾ ਕੋਇਲੇ ਦਾ ਪਿੱਛੇ ਵੀ। ਅੱਛਾ, ਤੁਹਾਡੇ ਅੰਦਾਜ਼ੇ ਨਾਲ ਕਿੰਨੇ ਕੁ ਲੋਕ ਕਰ ਰਹੇ ਨੇ? ਉਹ ਦੂਜੇ ਇੱਧਰ ਵੀ ਪਿੱਛੇ ਵੀ ਇੱਕ ਨਜ਼ਰ ਆ ਰਿਹਾ। ਇੱਥੇ ਬਹੁਤ ਜ਼ਿਆਦਾ ਹੈਗੇ ਨੇ, ਤਕਰੀਬਨ 6000 ਰੁਪਏ ਹੈਗੇ। ਅਸਲ ਗੜ੍ਹ ਤਾਂ ਜਿਹੜਾ ਨਾ ਉਹ ਲਈਆ। ਅੱਛਾ, ਤੇ ਬੈਸਟ ਕੋਲਾ ਕਮੀਰ ਦਾ ਸਭ ਤੋਂ। ਅੱਛਾ, ਇਸ ਟਾਈਮ ਅਸੀਂ ਕਮੀਰ ਖੜੇ ਹਾਂ। ਹਾਂਜੀ, ਸਹੀ ਹੋ ਗਿਆ। ਜਿਹੜਾ ਬੈਸਟ ਕੋਲਾ ਜਿਹੜਾ ਯਾਨੀ ਕਿ ਲਾਹੌਰ ਤੋਂ ਅੱਗੇ ਤੱਕ ਮੰਨਿਆ ਜਾਂਦਾ ਉਹ ਕਮੀਰ ਦਾ ਕੋਲਾ। ਠੀਕ ਹੋ ਗਿਆ। ਤੇ ਲਈਏ ਫਿਰ ਗੰਦ ਮੰਦ, ਫਿਰ ਇਹੋ ਜਿਹੀ ਉੱਥੇ ਲੱਕੜ ਆਮ ਹੈਗੀ, ਉੱਥੇ ਕੋਲਾ ਸਸਤਾ। ਅੱਛਾ ਅੱਛਾ ਅੱਛਾ, ਤੁਹਾਡਾ ਮਹਿੰਗਾ ਵੀ ਹੈ ਤੇ ਮਿਆਰੀ ਵੀ ਹੈ। ਹਾਂਜੀ, ਠੀਕ ਹੋ ਗਿਆ। ਤੇ ਇਹਦੀ ਅੰਦਾਜ਼ਨ ਕੀਮਤ ਕੀ ਹੈ ਇੱਥੇ, ਤੁਸੀਂ ਕੀ ਕਿਸ ਹਿਸਾਬ ਵੇਚਦੇ ਹੋ? ਕੋਈ ਮੋਟੀ ਮੋਟੀ ਜਿਹੜੀ ਕੀਮਤ ਹੁੰਦੀ? ਮੋਟੀ ਕੀਮਤ 1350 ਵੀ ਹੈਗੀ। ਠੀਕ ਹੈ, 1350। ਫਿਰ ਉਹ ਕੋਲੇ ਦਾ ਹਿਸਾਬ ਕਿਤਾਬ ਵਪਾਰੀ ਅਗਰ ਕੇਸ ਸਾਈਜ਼ ਦਾ ਲਵੇ ਫਿਰ ਰੇਟ ਨੂੰ ਉਹਨੂੰ ਜੁਲਾਈ ਦਾ। ਅੱਛਾ, ਤੇ ਇਹ ਤੁਸੀਂ ਤੁਹਾਡੀ ਕੋਲ ਆਪਣੀਆਂ ਗੱਡੀਆਂ ਛੱਡੀਆਂ ਜਿਹੜੀਆਂ ਛੱਡ ਕੇ ਵੀ ਆਉਂਦੀਆਂ ਨੇ ਜਾਂ ਜਿਵੇਂ ਕਿਰਾਏ ਤੇ? ਬੱਠੀਆਂ ਸਾੜੀਆਂ ਆਪਣੀਆਂ ਹੈਗੀਆਂ, ਜਗ੍ਹਾ ਆਪਣੀ ਹੈਗੀ। ਅੱਛਾ। ਹਾਂਜੀ।
ये इधर नीचे ये लकड़ी वगैरह पड़ी हुई है, और एक साहब हैं जो भट्टी को अभी तैयार कर रहे हैं, उसमें उन्होंने लकड़ियाँ वगैरह जो हैं वो सारी लगा दी हैं, तो अभी ईंटें लगा के उसको बंद कर रहे हैं। ये तकरीबन अपने फाइनल मरहले पे है। नीचे वो पाँव के पास इन्होंने आग लगाने के लिए एक छोटा सा सुराख रखा हुआ है, यहाँ से आग लगाते हैं और यहाँ से जो है ना वो लकड़ियाँ इन्होंने अंदर रखी हैं और इसको बंद कर दिया।